ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਹਿੰਮਤ ਸੱਚ ਦਿਖਾਉਣ ਦੀ ਬਰਨਾਲਾ ਪੁਲਿਸ ਵੱਲੋਂ ਕੀਤੀ ਗਈ ਸਖਤੀ। ਬਰਨਾਲਾ ਪੁਲਿਸ ਵੱਲੋਂ ਕੱਲ ਕਚਹਿਰੀ ਚੌਂਕ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੇ ਚਲਾਨ ਕੱਟੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਅਸੀਂ ਜਿਹੜੇ ਲੋਕਾਂ ਵੱਲੋਂ ਬੁਲਟ ਮੋਟਰਸਾਈਕਲ ਦੇ ਸੈਲਸਰ ਮੋਡੀਫਾਈ ਕਰਵਾ ਕੇ ਪਟਾਕੇ ਮਰਵਾਏ ਜਾਂਦੇ ਨੇ, ਖਾਸ ਕਰ ਉਹਨਾਂ ਦੇ ਮੌਕੇ ਤੇ ਹੀ ਚਲਾਨ ਕੱਟੇ ਗਏ, ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਜ਼ਾਰ ਵਿੱਚ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਹੈਵੀ ਵਹੀਕਲ ਦਾ ਜਾਣਾ ਸਖਤ ਮਨਾ ਹੈ। ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਬਰਨਾਲਾ ਤੋਂ ਜੋਨੀ ਸ਼ਰਮਾ ਦੀ ਖਾਸ ਰਿਪੋਰਟ। ਸਰ, ਅੱਜ ਤੁਸੀਂ ਕਚਹਿਰੀ ਚੌਂਕ ਦੇ ਵਿੱਚ ਨਾਕਾਬੰਦੀ ਕੀਤੀ ਹੈ, ਕੀ ਕਹਿਣਾ ਚਾਹੋਗੇ? ਹਾਂਜੀ, ਸਾਡੇ ਬਹੁਤ ਹੀ ਮਾਣਯੋਗ SSP ਸਾਹਿਬ ਸ਼੍ਰੀ ਸੰਦੀਪ ਮਲਿਕ ਜੀ, DSP ਟ੍ਰੈਫਿਕ ਸਰਦਾਰ ਗੁਰਬਚਨ ਸਿੰਘ ਜੀ ਦੀ ਅਗਵਾਈ ਵਿੱਚ ਜੋ ਟ੍ਰੈਫਿਕ ਮੈਮ ਹੈ ਚੱਲਦੀ ਰਹਿੰਦੀ ਹੈ, ਟਾਈਮ ਟੂ ਟਾਈਮ ਹੈ, ਜਿਹੜੇ ਰੂਲ ਤੋੜਨ ਵਾਲੇ ਲੋਕ ਹੈ ਉਹਨਾਂ ਦੇ ਚਲਾਨ ਵੀ ਕੀਤੇ ਜਾਂਦੇ ਹੈ। ਅੱਜ ਵੀ ਸਪੈਸ਼ਲ ਬੁਲਟ ਦੇ ਜਿਹੜੇ ਕੋਈ ਸਲੰਸਰ ਹੈ ਬੁਕਿੰਗ ਕਰਦੇ ਨੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ, ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦੇ ਹਾਂ ਕਿ 8 ਤੋਂ 8 ਹੈ ਜਿਹੜਾ ਹੈਵੀ ਵਹੀਕਲਾਂ ਦਾ ਸਿਟੀ ਦੇ ਅੰਦਰ ਜਾਣਾ ਮਨਾ ਹੈ, ਕਿਰਪਾ ਕਰਕੇ ਉਸ ਚੀਜ਼ ਨੂੰ ਜ਼ਰੂਰ ਫੋਲੋ ਕਰੋ ਅਤੇ ਯੈਲੋ ਲਾਈਨ ਨੂੰ ਫੋਲੋ ਕਰੋ। ਕੋਈ ਵੀ ਸੜਕਾਂ 'ਤੇ ਨਜਾਇਜ਼ ਸਮਾਨ ਨਾ ਰੱਖੋ, ਸਾਰਿਆਂ ਨੂੰ ਇਹ ਅਪੀਲ ਹੈ, ਬੇਨਤੀ ਹੈ। ਉਸ ਤੋਂ ਬਾਅਦ ਫਿਰ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਵੀ ਹੋਊਗੀ, ਅਤੇ ਈ ਰਿਕਸ਼ਾ ਨਾਲ ਸੰਬੰਧਿਤ ਜੋ ਈ ਰਿਕਸ਼ਾ ਵਾਲਿਆਂ ਨੂੰ ਅਸੀਂ ਆਲਰੇਡੀ ਮੀਟਿੰਗਸ ਕਰਕੇ ਹਦਾਇਤਾਂ ਦੇ ਚੁੱਕੇ ਹਾਂ। 15 ਮਾਰਚ ਤੱਕ ਦਾ ਉਹਨਾਂ ਕੋਲ ਟਾਈਮ ਹੈ, ਉਹਨਾਂ ਨੂੰ ਵੀ ਅਪੀਲ ਹੈ ਕਿ ਉਹ ਸਾਰੇ ਆਪਣੇ ਰੂਲਸ ਫੋਲੋ ਕਰਨ, ਡਰੈਸ ਵਗੈਰਾ ਯੂਨੀਫਾਰਮ ਬਣਾ ਲੈਣ, ਨੇਮ ਪਲੇਟ ਨੰਬਰ ਪਲੇਟ ਰਜਿਸਟ੍ਰੇਸ਼ਨ ਕਰਵਾ ਲੈਣ। ਸਰ, ਜਿਹੜੇ ਹਜੇ ਵੀ ਕੁਝ ਲੋਕ ਨੇ ਕੋਈ ਗੱਡੀ ਦੇ ਉੱਤੇ, ਜਿਵੇਂ ਕਿ ਤੁਸੀਂ ਪਿੱਛੇ ਵੀ ਇੱਕ ਦੇਖਿਆ ਸੀਗਾ ਗੱਡੀ ਦੇ ਉੱਤੇ AK-47 ਵਗੈਰਾ ਲਗਾਈ ਫਿਰਦੇ ਨੇ, ਸਰ ਉਹਨਾਂ 'ਤੇ ਕੀ ਕਾਰਵਾਈ ਹੋਈ? ਉਹਨਾਂ 'ਤੇ ਸਮੇਂ ਮੁਤਾਬਕ ਰੂਲ ਮੁਤਾਬਕ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਅੱਜ ਵੀ ਸਟਿੱਕਰ ਲਹਾਏ ਗਏ ਨੇ ਅਤੇ ਉਹਨਾਂ 'ਤੇ ਫੈਂਸੀ ਮੋਡਰਨਾਈਜੇਸ਼ਨ ਕਰਨ ਦੇ ਚਲਾਨ ਵੀ ਕੀਤੇ ਗਏ ਨੇ। ਸਰ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਅੱਛਾ ਸਮਾਜ ਸਿਰਜਣ ਲਈ, ਅੱਛਾ ਆਪਣੇ ਸ਼ਹਿਰ ਵਾਸੀ ਬਣਨ ਲਈ ਆਪਣੀ ਜ਼ਿੰਮੇਵਾਰੀ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਟ੍ਰੈਫਿਕ ਪੁਲਿਸ ਨੂੰ ਸਹਿਯੋਗ ਦਿਓ। ਅਸੀਂ ਹਰ ਵਕਤ ਤੁਹਾਡੀ ਮਦਦ ਲਈ ਤਤਪਰ ਹਾਂ ਅਤੇ ਹਾਜ਼ਰ ਹਾਂ।